ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਇਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਸ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 30 ਜਨਵਰੀ 2019, 18 ਮਾਘ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਇਹ ਤਰ੍ਹਾਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਦੱਸੀਏ, ਵਿਊਅਰਸ, ਜੇ ਤੁਸੀਂ ਹੱਕ ਤੇ ਸੱਚ ਇਨਸਾਫ਼ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟ੍ਰਮ ਕੇਬਲ, ਆਰਸੀਨ ਕੇਬਲ, ਬੈਲਫਾਵ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਔਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਅਸੀਂ ਆਪਣੇ ਦਰਸ਼ਕਾਂ ਨੂੰ ਐਵੇਂ ਦੱਸ ਦਈਏ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ 7:30 ਤੋਂ ਲੈ ਕੇ 9 ਵਜੇ ਤੱਕ ਹੈ। ਤੁਸੀਂ ਇਸ ਪ੍ਰੋਗਰਾਮ ਨੂੰ ਮੰਡੇ ਥਰੂ ਫਰਾਈਡੇ 7:30 ਤੋਂ ਲੈ ਕੇ 9 ਵਜੇ ਤੱਕ ਦੇਖ ਸਕਦੇ ਹੋ। ਔਰ ਤੁਸੀਂ ਇਸ ਨੂੰ ਲਾਈਵ ਜੇ ਦੇਖਣਾ ਚਾਹੁੰਦੇ ਹੋ YouTube ਤੇ ਜਾ ਕੇ TV84 ਦੇ ਚੈਨਲ 'ਤੇ ਵੀ ਇਸ ਨੂੰ ਤੁਸੀਂ ਲਾਈਵ ਦੇਖ ਸਕਦੇ ਹੋ। ਔਰ ਅਸੀਂ ਇਹ ਵੀ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ TV84 ਦੇ ਚੈਨਲ ਨੂੰ YouTube ਤੇ ਜਾ ਕੇ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮੱਚ, ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਇੱਕ ਨਵੇਂ ਇਸ਼ੂ ਦੇ ਨਾਲ ਅੱਜ ਫਿਰ ਆਪਾਂ ਆਪਣੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹਾਂ। ਜੀ ਡਾਕਟਰ ਸਾਹਿਬ, ਕਿਹੜਾ ਇਸ਼ੂ ਹੈ ਜੋ ਅੱਜ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਅੱਜ 30 ਜਨਵਰੀ ਦਾ ਦਿਨ ਹੈ ਜੀ, ਤੇ ਜਦੋਂ ਸਾਲ ਦੇ ਕੈਲੰਡਰ 'ਚ ਜਿਨ੍ਹਾਂ ਨੇ ਆਪਣਾ ਬਚਪਨ ਉਸ ਧਰਤੀ 'ਤੇ ਗੁਜ਼ਾਰਿਆ ਹੋਇਆ ਹੈ ਉਹਨਾਂ ਦੀਆਂ ਯਾਦਾਂ 'ਚ ਖਾਸ ਤੌਰ 'ਤੇ ਸਕੂਲ ਡੇਜ਼ ਦੇ ਵਿੱਚ 2 ਅਕਤੂਬਰ ਬਹੁਤਿਆਂ ਨੂੰ ਯਾਦ ਹੁੰਦਾ ਕਿ ਜੀ ਛੁੱਟੀ ਹੁੰਦੀ ਹੈ ਜੀ, ਕੀ ਹੈ ਜੀ, ਗਾਂਧੀ ਜੰਮਿਆ ਸੀ, ਬਿਲਕੁਲ, ਬਾਅਦ 'ਚ ਨਾਲ ਜੋੜਤਾ ਜੀ ਸ਼ਾਸਤਰੀ ਵੀ ਜੰਮਿਆ ਸੀ। 30 ਜਨਵਰੀ ਦਾ ਜਦੋਂ ਦਿਨ ਆਉਂਦਾ ਸੀ ਤਾਂ ਇਹ ਆਮ ਸਟੂਡੈਂਟਸ 'ਚ ਹੁੰਦਾ ਸੀ ਕਿ ਵੀ ਘੁੱਗੂ ਵੱਜਣਾ ਅੱਜ, ਪਤਾ ਨਹੀਂ 11 ਵਜੇ ਵੱਜਦਾ ਸੀ ਕਿ ਕਿੰਨੇ ਵਜੇ। ਘੁੱਗੂ ਦੀ ਜਿਹੜੀ ਆਵਾਜ਼ ਸੁਣਨ ਲਈ ਗਾਂਧੀ ਦਾ ਤਾਂ ਨਹੀਂ ਸੀ ਪਤਾ ਕਿ ਵੀ ਇਸ ਲਈ ਘੁੱਗੂ ਵੱਜਣਾ, ਵੀ ਗਾਂਧੀ ਨੂੰ ਮਾਰਿਆ ਸੀ ਇਸ ਮੂਮੈਂਟ 'ਤੇ ਨੱਥੂ ਰਾਮ ਗੋਡਸੇ ਨੇ, ਲੇਕਿਨ ਉਹ ਘੁੱਗੂ ਦੇ ਨਾਲ 30 ਜਨਵਰੀ ਜੁੜੀ ਹੋਈ ਸੀ ਕਿਉਂਕਿ 30 ਜਨਵਰੀ ਨੂੰ ਛੁੱਟੀ ਨਹੀਂ ਸੀ ਹੁੰਦੀ। ਸੋ ਚਾਈਲਡਹੁੱਡ ਤੋਂ ਲੈ ਕੇ ਹੁਣ ਜਦੋਂ ਅਸੀਂ 71 ਸਾਲ ਬਾਅਦ ਇਸ ਵਾਕਿਆ ਨੂੰ ਦੇਖਦੇ, 30 ਜਨਵਰੀ 1948 ਨੂੰ ਅੱਜ ਦੇ ਦਿਨ ਨੱਥੂ ਰਾਮ ਗੋਡਸੇ ਜੀ ਦੀ ਟ੍ਰੇਨਿੰਗ, ਸਾਵਰਕਰ ਜਿਹੜਾ ਕਿ ਅੱਜ ਦੇ ਮੋਦੀ ਔਰ BJP ਦਾ ਰੋਲ ਮਾਡਲ ਹੈ, ਆਈਕੋਨ ਹੈ, ਉਹਨੂੰ ਵੀਰ ਸਾਵਰਕਰ ਕਹਿੰਦੇ ਨੇ ਜੀ, ਉਸ ਦਾ ਬੁੱਤ ਜਿਹੜਾ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸਥਾਪਿਤ ਕੀਤਾ ਹੋਇਆ। ਹੁਣ ਪਿੱਛੇ ਜੇ ਮੋਦੀ ਅੰਡੇਮਾਨ ਨਿਕੋਬਾਰ, ਜਿਹਨੂੰ ਕਦੇ ਕਾਲਾ ਪਾਣੀ ਕਿਹਾ ਜਾਂਦਾ ਸੀ, ਜਿੱਥੇ ਸਾਵਰਕਰ ਥੋੜ੍ਹੀ ਦੇਰ ਕੈਦ ਰਿਹਾ ਔਰ ਉੱਥੋਂ ਮਾਫ਼ੀ ਮੰਗ ਕੇ ਦੌੜਿਆ ਸੀ ਔਰ ਅੰਗਰੇਜ਼ਾਂ ਤੋਂ ਉਹਨੂੰ ਕਹਿ ਕੇ ਜੀ ਤੁਹਾਡੇ ਵਰਗਾ ਰਾਜ ਕਿਸੇ ਦਾ ਨਹੀਂ, ਔਰ ਉਸ ਦਾ ਨਾਂ ਵੀ, ਜੇਲ੍ਹ ਦਾ ਨਾਂ ਵੀ ਸਾਵਰਕਰ ਦੇ ਨਾਂ 'ਤੇ ਹੈ, 에ਅਰਪੋਰਟ ਦਾ ਨਾਂ ਵੀ ਰੱਖ ਦਿੱਤਾ ਹੈ ਔਰ ਉਹਨੂੰ ਇਹ ਬੜਾ ਵੱਡਾ ਆਈਕੋਨ ਮੰਨਦੇ ਨੇ ਜੀ। ਔਰ ਉਹਦਾ ਸਾਵਰਕਰ ਦਾ ਚੇਲਾ ਸੀ, ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰਧਾਨ ਵੀ ਸੀ। ਔਰ ਜੇ ਭਾਰਤ ਦੇ ਵਿੱਚ 20ਵੀਂ ਸਦੀ ਦੀ ਜਿਹੜੀ ਇਹ ਸਾਰੀ ਬਿਗਨਿੰਗ ਦੇ ਨਾਲ 2 ਨੇਸ਼ਨ ਥਿਊਰੀ ਦੀ ਗੱਲ ਜਿਹੜੀ ਬਹੁਤ ਸਾਰਿਆਂ ਨੇ ਬਾਅਦ 'ਚ ਕਾਇਦੇ ਆਜ਼ਮ ਦੇ ਖਾਤੇ 'ਚ ਪਾ ਕੇ ਉਹਨਾਂ ਨੂੰ ਦੇਸ਼ ਨੂੰ ਤੋੜਨ ਲਈ ਜ਼ਿੰਮੇਵਾਰ ਦੱਸਣ ਦੀ ਹਕਾਮਤ ਕੀਤੀ, ਜਿਸ ਨੂੰ ਈਵਨ ਬਾਅਦ ਦੇ ਵਿੱਚ ਭਾਵੇਂ ਉਹਨਾਂ ਨੂੰ RSS ਨੇ ਪਾਰਟੀ ਤੋਂ ਬਾਹਰ ਦਾ ਦਰਵਾਜ਼ਾ ਹੀ ਦਿਖਾਇਆ, ਉਹ LK ਅਡਵਾਨੀ ਹੋਏ ਜਾਂ ਜਸਵੰਤ ਸਿੰਘ ਹੋਏ, ਜਿਨ੍ਹਾਂ ਨੇ ਬਾਅਦ ਦੇ ਵਿੱਚ ਇਸ ਗੱਲ ਨੂੰ ਮੰਨਿਆ ਕਿ ਕਾਇਦੇ ਆਜ਼ਮ ਤੋਂ ਵੱਡਾ ਸੈਕੂਲਰ ਬੰਦਾ ਕੋਈ ਨਹੀਂ ਸੀ ਉਸ ਧਰਤੀ 'ਤੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ 2 ਨੇਸ਼ਨ ਦੀ ਗੱਲ ਹੈ ਕਿ ਉਹ ਸਭ ਤੋਂ ਪਹਿਲਾਂ ਸਾਵਰਕਰ ਨੇ ਉਸ ਜ਼ਹਿਰ ਨੂੰ, ਜਦੋਂ ਕਿ ਉਹ ਈਵਨ ਇੰਗਲੈਂਡ ਦੇ ਵਿੱਚ ਪੜ੍ਹਦਾ ਸੀ, ਉਸ ਪੀਰੀਅਡ ਤੋਂ ਹੀ ਉਹਦੀ ਜਿਹੜੀ ਬਿਲਕੁਲ ਵਿਚਾਰਧਾਰਾ ਹਿੰਦੂਤਵਾਦੀ, ਇਹ ਮਰਾਠਾ ਮੂਲ ਦਾ ਬ੍ਰਾਹਮਣ ਨਫ਼ਰਤ ਨਾਲ ਭਰਿਆ ਹੋਇਆ ਮੁਸਲਮਾਨਾਂ ਦੇ ਖਿਲਾਫ ਔਰ ਈਸਾਈਆਂ ਦੇ ਖਿਲਾਫ ਜ਼ਾਹਰ ਹੈ, ਸਿੱਖਾਂ ਨੂੰ ਤਾਂ ਇਹਨਾਂ ਨੇ ਕਦੇ ਅਡਰੀ ਹੋਣ ਦੇ ਨਹੀਂ ਮੰਨਿਆ, ਉਹਨਾਂ ਨੂੰ ਤਾਂ ਹਮੇਸ਼ਾ ਹੀ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਡੈਥ ਕਿਸ ਦੇ ਨਾਲ ਹੀ ਮਾਰਿਆ, ਬੋਧੀ ਹੋਣ ਜੈਨੀ ਹੋਣ। ਰੋਹੀ ਕੰਮ ਬਾਅਦ ਦੇ ਵਿੱਚ Article 25B ਰਾਹੀਂ ਭਾਰਤੀ ਕਾਂਸਟੀਟਿਊਸ਼ਨ, ਭਾਰਤੀ ਆਇਨ, ਸੰਵਿਧਾਨ ਦੇ ਵਿੱਚ ਵੀ ਕੀਤਾ ਗਿਆ। ਪਰ ਗੱਲ ਜੇ ਅੱਜ ਦੇ ਦਿਨ ਦੀ ਅਸੀਂ ਕਰੀਏ ਤਾਂ ਨੱਥੂ ਰਾਮ ਗੋਡਸੇ ਜਿਹੜਾ ਉਹ ਬਿਲਕੁਲ ਸਾਵਰਕਰ ਦੀ ਪ੍ਰੇਰਨਾ ਦੇ ਨਾਲ ਹੀ ਨਹੀਂ ਜੀ, ਈਵਨ ਉਹਨੂੰ ਮਾਰਨ ਜਾਣ ਤੋਂ ਪਹਿਲਾਂ, ਕਿਉਂਕਿ ਦਿੱਲੀ ਦੇ ਬਿਰਲਾ ਮੰਦਿਰ ਦੇ ਵਿੱਚ ਸੇਠ ਬਿਰਲਾ ਜਿਹਨੇ ਆਪਣਾ ਉਹ ਦਿੱਤਾ ਹੋਇਆ ਸੀ ਜਿਹੜਾ ਉਸਦੀ ਆਪਣੀ ਉਹ ਬਿਲਡਿੰਗ ਸੀ ਜਿੱਥੇ ਗਾਂਧੀ
ਪ੍ਰੇਅਰ ਮੀਟਿੰਗ ਕਰਦਾ ਸੀ, ਉੱਥੇ ਉਹਨੇ ਗੋਲੀ ਨਾਲ ਮਾਰਿਆ ਗੋਡਸੇ ਨੇ। ਔਰ ਇਹ ਇੱਕ ਵੱਡੀ ਕੰਸਪੀਰੇਸੀ ਹੈ ਵੀ ਕਿਸ ਲੈਵਲ ਦੇ ਉੱਤੇ ਜਾ ਕੇ ਉਹਦੇ 'ਚ ਕਿਤੇ ਨਾ ਕਿਤੇ ਉਸ ਵੇਲੇ ਦਾ ਹੋਮ ਮਿਨਿਸਟਰ ਪਟੇਲ ਜਿਹੜਾ ਬੇਸ਼ੱਕ ਕਾਂਗਰਸ ਦਾ ਝੰਡਾ ਬਰਦਾਰ ਸੀ, ਗਾਂਧੀ ਦਾ ਵੀ ਬੜਾ ਨੇੜੇ ਸੀ, ਪਰ ਕੁੱਲ ਮਿਲਾ ਕੇ ਹਿੰਦੂਤਵਾ ਦੇ ਜੇ ਤੁਸੀਂ ਉਹ ਜਿਹਨੂੰ ਅਸੀਂ ਇੱਕ ਦਿਨ ਕਿਹਾ ਸੀ ਕਿ ਭਾਈ ਉਹ ਕੌਣੀ ਦੇ ਆਲਣੇ ਦੇ ਵਿੱਚ ਜੇ ਕਹਿਣਾ ਹੋਏ ਕਿ ਉਹਦੇ ਕੋਇਲ ਦੇ ਆਂਡੇ, ਅਤੇ ਉਹਨਾਂ 'ਚ ਪਟੇਲ ਵੀ ਇੱਕ ਸੀ, ਬਾਅਦ ਦੇ ਵਿੱਚ ਸਾਵਰਕਰ ਤੋਂ ਦੇ ਨਾਲ ਜਿਹੜੀ ਇਹ ਸਾਰੀ ਵਿਚਾਰਧਾਰਾ ਨਾਲ ਜੁੜੇ ਹੋਏ ਨਰਸਿਮਹਾ ਰਾਓ ਵਰਗਾ ਬੰਦਾ ਜਿਹਨੇ ਬਾਬਰੀ ਮਸੀਤ ਢਵਾਈ 6 ਦਸੰਬਰ 1992 ਨੂੰ। ਸੋ ਜ਼ਾਹਰ ਹੈ ਵੀ ਈਵਨ ਨਥੂ ਰਾਮ ਗੋਡਸੇ ਉੱਥੋਂ ਆਉਣ ਤੋਂ ਪਹਿਲਾਂ ਵੀ ਜਦੋਂ ਉਹਨੂੰ ਸਾਵਰਕਰ ਨੂੰ ਮਿਲ ਕੇ ਆਉਂਦਾ, ਉਹਦੀ ਆਸ਼ੀਰਵਾਦ ਲੈ ਕੇ ਆਉਂਦਾ, ਔਰ ਜਦੋਂ ਗਾਂਧੀ ਮਰਡਰ ਜਿਹੜਾ ਉਹ ਟ੍ਰਾਇਲ ਚੱਲਿਆ ਉਹਦੇ 'ਚ ਵੀ ਸਾਵਰਕਰ ਜਿਹੜਾ ਉਹ ਕੋ ਐਕਿਊਜ਼ਡ ਸੀ, ਲੇਕਿਨ ਉਸ ਨੂੰ ਇਸ ਲਈ ਜਿਹੜਾ ਉਹ ਕਨਵਿਕਟ ਨਹੀਂ ਕੀਤਾ ਗਿਆ ਕਿ ਜੀ ਇਨਫ ਐਵੀਡੈਂਸ ਨਹੀਂ ਹੈ। ਉਹ ਤਾਂ ਇਹਨਾਂ ਦੇ ਆਪਣੇ ਹੱਥ ਹੁੰਦਾ ਅਲਟੀਮੇਟਲੀ ਵੀ ਕਿਹਨੂੰ ਕੀ ਕਰਨਾ। ਸੋ ਜ਼ਾਹਰ ਹੈ ਵੀ ਇਹ ਜਿਹੜਾ ਉਸ ਧਰਤੀ ਦੇ ਉੱਤੇ ਇਹ ਜ਼ਹਿਰ ਘੋਲਣ ਦੀ ਗੱਲ ਸੀ ਕਿ ਇੰਡੀਅਨ ਔਰ ਹਿੰਦੂ ਹੋਣਾ ਇਹ ਸਿਨੋਨੀਮਸ ਹੈ, ਜਿਹੜਾ ਆਪਣੇ ਆਪ ਨੂੰ ਹਿੰਦੂ ਨਹੀਂ ਕਹਿੰਦਾ ਉਹ ਇੰਡੀਅਨ ਹੋ ਹੀ ਨਹੀਂ ਸਕਦਾ, ਇਹ ਸਾਵਰਕਰ ਦਾ ਥਾਟ ਸੀ। ਜਿਸ ਸਾਵਰਕਰ ਦੇ ਨਾਲ ਬੇਸ਼ੱਕ ਗਾਂਧੀ ਵੀ, ਮੈਂ ਅੱਜ ਇੱਕ ਆਰਟੀਕਲ ਕਿਤੇ ਦੇਖ ਰਿਹਾ ਸੀ ਕਿ ਸਾਵਰਕਰ ਜਦੋਂ ਲੰਡਨ ਦੇ ਵਿੱਚ ਪੜ੍ਹਦਾ ਸੀ ਤਾਂ ਗਾਂਧੀ ਵੀ ਉਹਨੂੰ ਮਿਲਣ ਗਿਆ, ਉਸ ਤੋਂ ਸੀਨੀਅਰ ਸੀ, ਔਰ ਉਹਨੇ ਗਾਂਧੀ ਦੇ ਬਾਰੇ ਜਿਹੜਾ ਬੜਾ ਕੋਝਾ ਜਿਹਾ ਕਮੈਂਟ ਕੀਤਾ ਹੋਇਆ ਸਾਵਰਕਰ ਨੇ ਕਿ ਵੀ ਇਹ ਤਾਂ ਜਨਾਨੀਆਂ ਵਰਗਾ ਬੰਦਾ ਹੈ, ਔਰ ਇਸ ਕਿਸਮ ਦੀ ਲਾਈਨ, ਕਿਉਂਕਿ ਬਿਲਕੁਲ ਉਸਦੀ ਜਿਹੜੀ ਹੈ ਟੋਟਲੀ ਜਿਹੜੀ ਵਾਇਲੈਂਟ ਹਿੰਦੂਤਵ ਹੈ ਉਸਦਾ ਉਹ ਪਿਓ ਸੀ ਸਾਵਰਕਰ। ਔਰ ਹਿੰਦੂ ਮਹਾਂਸਭਾ ਨੇ ਉਸ ਗੱਲ ਨੂੰ ਫਿਰ ਠੀਕ ਸਾਬਤ ਕੀਤਾ, ਕਿਉਂਕਿ ਹਿੰਦੂ ਮਹਾਂਸਭਾ ਫਾਊਂਡ ਵੀ ਸਾਵਰਕਰ ਨੇ ਕੀਤੀ। ਔਰ ਫਿਰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਹੀ ਹਿੰਦੂ ਮਹਾਂਸਭਾ ਜਿਸ ਦੇ ਜੇ ਫਾਊਂਡਰਸ 'ਚੋਂ ਸਾਵਰਕਰ ਤੋਂ ਇਲਾਵਾ ਦੂਸਰਾ ਵੱਡਾ ਬੰਦਾ ਜਿਹੜਾ ਪ੍ਰੈਜ਼ੀਡੈਂਟ ਵੀ ਰਿਹਾ ਹਿੰਦੂ ਮਹਾਂਸਭਾ ਦਾ, ਮਦਨ ਮੋਹਨ ਮਾਲਵੀਆ, ਜਿਸ ਮਦਨ ਮੋਹਨ ਮਾਲਵੀਆ ਨੂੰ ਪਿਛਲੇ ਸਾਲ ਮੋਦੀ ਨੇ ਭਾਰਤ ਰਤਨ ਦਾ ਖਿਤਾਬ ਦਿੱਤਾ, ਕਿਉਂਕਿ 26 ਜਨਵਰੀ ਦੇ ਮੌਕੇ 'ਤੇ ਇਸ ਵਾਰ ਤਾਂ ਉਹਨਾਂ ਨੇ ਪ੍ਰਣਾਬ ਮੁਖਰਜੀ ਔਰ ਜਿਹੜਾ ਨਾਨਾ ਜੀ ਦੇਸ਼ਮੁਖ ਜਿਹਨੇ ਨਵੰਬਰ 84 ਦੀ ਸਿੱਖ ਨਸਲਕਸ਼ੀ ਨੂੰ ਜਸਟੀਫਾਈ ਕੀਤਾ। ਸੋ ਹੌਲੀ ਹੌਲੀ ਇਹ ਸਾਰੇ ਹੀ ਜਿਹੜੇ ਹਿੰਦੂਤਵਾ ਦੇ ਆਈਕੋਨ ਨੇ, ਉਹ ਭਾਵੇਂ ਹਿੰਦੂ ਮਹਾਂਸਭਾ 'ਚ ਬੈਠੇ ਸੀ ਜਾਂ ਬੈਠੇ ਨੇ, ਕਾਂਗਰਸ 'ਚ ਬੈਠੇ ਸੀ ਜਾਂ ਬੈਠੇ ਨੇ, ਜਾਂ ਅੱਜ ਵੀ ਜਿੱਥੇ ਜਿੱਥੇ ਵੀ ਨੇ, ਉਹਨਾਂ ਦੀ ਰੈਕਗਨੀਸ਼ਨ ਹੋ ਰਹੀ ਹੈ, ਕਿਉਂਕਿ RSS ਦੇ ਕੋਲ ਇਹਨਾਂ ਸਾਰਿਆਂ ਦਾ ਜਿਹੜਾ ਇਹ ਸਾਰੇ ਪੀਰੀਅਡ ਦੇ ਵਿੱਚ ਉਹ ਉਹਨਾਂ ਦੇ ਸਬੂਤ ਨੇ ਕਿ ਕਿਹਨੇ ਕਿਹਨੇ ਉਹਨਾਂ ਦੀ ਬਿਲਡਿੰਗ ਦੇ ਉੱਤੇ ਕੰਮ ਕੀਤਾ ਹੋਇਆ। ਸੋ ਜ਼ਾਹਰ ਹੈ ਕਿ ਵੀ ਇਹ ਵਿਚਾਰਧਾਰਕ ਲਾਈਨ ਸੀ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗਾਂਧੀ ਨੇ ਜਿੰਨਾ ਕੰਮ ਹਿੰਦੂਤਵਾ ਦੇ ਲਈ ਕੀਤਾ, ਔਰ ਜਿਵੇਂ ਅੱਜ 9:30 ਦੇ ਪ੍ਰੋਗਰਾਮ 'ਚ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਨ੍ਹਾਂ ਦੀ ਇਹ ਥਿਊਰੀ ਹੈ ਅਕਸਰ, ਉਹ ਕਹਿੰਦੇ ਨੇ ਕਿ ਭਾਈ ਜਿੰਨਾ ਗਾਂਧੀ ਨੇ ਜਿੰਨਾ ਵੱਡਾ ਦੇਸ਼ ਹਿੰਦੂਆਂ ਦੇ ਹਵਾਲੇ ਕੀਤਾ ਔਰ ਹਜ਼ਾਰਾਂ ਸਾਲ ਬਾਅਦ ਹਿੰਦੂਤਵਾ ਨੂੰ ਵਾਪਸ ਫਰੰਟ ਬਰਨਰ 'ਤੇ ਲਿਆਂਦਾ, ਇਹ ਕੰਮ ਤਾਂ ਈਵਨ ਇਹਨਾਂ ਦੇ ਜਿਹੜੇ ਇਤਿਹਾਸਕ ਜਾਂ ਪੁਰਾਣਿਕ ਗੋਡ ਨੇ ਰਾਮ ਜੀ ਜਾਂ ਕ੍ਰਿਸ਼ਨ ਜੀ ਉਹ ਵੀ ਨਹੀਂ ਕਰ ਸਕੇ। ਰਾਮ ਜੀ ਦੀ ਅਯੁੱਧਿਆ ਦੇ ਰਾਜੇ ਸੀ, ਕਿੱਡਾ ਕੁ ਅਯੁੱਧਿਆ, ਕ੍ਰਿਸ਼ਨ ਜੀ ਉਹੀ ਗੋਕਲ ਮਥੁਰਾ ਬਿੰਦਰਾਬਨ ਕਿੰਨਾ ਕੁ ਹੈ, ਪਰ ਇਹ ਗਾਂਧੀ ਦੀ ਬਦੌਲਤ ਇੰਨਾ ਵੱਡਾ ਜਿਹੜਾ ਦੇਸ਼ ਹੈ ਉਹ ਇਹਨਾਂ ਦੇ ਹਿੰਦੂਤਵੀਆਂ ਦੇ ਹਵਾਲੇ, ਔਰ ਉਹਨੇ ਬੜੀ ਚਲਾਕੀ ਦੇ ਨਾਲ ਰਾਮ ਰਾਜ ਲਫਜ਼ ਇਸਤੇਮਾਲ ਕਰਕੇ ਬਹੁਤਿਆਂ ਨੂੰ ਲੱਗਦਾ ਸੀ ਇਹਦਾ ਮਤਲਬ ਹੈ ਜੀ ਸ਼ਾਂਤੀ, ਪਰ ਉਹ ਤਾਂ ਕਹਿ ਰਿਹਾ ਸੀ ਕਿ ਜੀ ਅਸੀਂ ਉਹਨਾਂ ਵੈਲਿਊਜ਼ ਦੇ ਉੱਤੇ ਜਿਹੜੀਆਂ ਹਿੰਦੂਤਵੀ ਵੈਲਿਊਜ਼ ਨੇ ਅਸੀਂ ਰਾਜ ਕਾਇਮ ਕਰਨਾ, ਉਹ ਰਾਮ ਰਾਜ ਹੈ। ਲੇਕਿਨ RSS ਔਰ ਗਾਂਧੀ ਦੇ ਵਿੱਚ ਜਿਹੜਾ ਟਕਰਾਅ ਸੀ, ਉਹੀ ਮਦਨ ਮੋਹਨ ਮਾਲਵੀਆ ਕਾਂਗਰਸ ਦਾ ਵੀ ਪ੍ਰੋਮੀਨੈਂਟ ਲੀਡਰ ਸੀ, ਪ੍ਰੋਮੀਨੈਂਟ ਵਕੀਲ, ਇੰਗਲੈਂਡ ਦਾ ਬਨਾਰਸ ਹਿੰਦੂ ਯੂਨੀਵਰਸਿਟੀ ਮਦਨ ਮੋਹਨ ਮਾਲਵੀਆ ਨੇ ਫਾਊਂਡ ਕੀਤੀ। ਲੇਕਿਨ ਹਿੰਦੂਤਵੀ ਜਿਹਨਾਂ ਇੰਨੇ ਰੈਸਟਲੈਸ ਹੋ ਰਹੇ ਸੀ ਕਿ ਰਾਈਟ ਅਵੇ ਅਸੀਂ ਜਿਹੜਾ ਮੁਸਲਮਾਨਾਂ ਔਰ ਈਸਾਈਆਂ ਨੂੰ ਵੀ ਜਿਹੜਾ ਉਹ ਨਿਗਲ ਜਾਈਏ, ਇਹਨਾਂ ਨੂੰ ਬਿਲਕੁਲ ਜਿਹੜਾ ਉਹ ਖਾ ਜਾਈਏ। ਲੇਕਿਨ ਗਾਂਧੀ ਇਹ ਸਮਝਦਾ ਸੀ ਵੀ ਇਹਦੇ ਨਾਲ ਇੱਕ ਕੇਓਸ, ਹਾਲਾਂ ਗਾਂਧੀ ਨੇ ਜਾਤ ਪਾਤੀ ਸਿਸਟਮ ਨੂੰ ਵੀ ਡਿਫੈਂਡ ਕੀਤਾ, ਗਾਂਧੀ ਦੇ ਅੰਦਰ ਲੁਕਿਆ ਹੋਇਆ ਬਿਲਕੁਲ ਸ਼ੁੱਧ ਬਨਾਰਸੀ ਹਿੰਦੂ ਸੀ, ਔਰ ਜਿਹੜਾ ਸਮਝਦਾ ਸੀ ਸਿਲੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ
ਜਦੋਂ ਗਾਂਧੀ ਬਾਰੇ ਕਿਹਾ ਤਾਂ ਉਹਨਾਂ ਨੇ ਕਿਹਾ ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ ਤੇ ਜਦੋਂ ਵੀ ਮੈਨੂੰ ਮਿਲਣ ਆਇਆ ਧੋਖਾ ਦੇਣਾ ਹੈ ਕਪੜ ਛਪਾ ਕੇ ਆਇਆ ਇਹਦੇ ਮਨ ਦੇ ਵਿੱਚ ਕਪਟੀ ਬੰਦਾ ਔਰ ਜ਼ਾਹਰ ਹੈ ਇਹੀ ਗੱਲ ਲਾਰਡ ਵਾਵਲ ਨੇ ਜਿਹੜਾ ਵਾਇਸ ਰਾਏ ਸੀ ਉਹਨੇ ਗਾਂਧੀ ਬਾਰੇ ਕਿਹਾ ਉਹਨੇ ਕਿਹਾ ਜੀ ਵੀ ਆਈ ਡੋਂਟ ਨੋ ਹਾਊ ਪੀਪਲ ਕੈਨ ਕਾਲ ਦਿਸ ਸ਼ਰੂਡ ਪੋਲੀਟੀਸ਼ੀਅਨ ਇਹ ਮਹਾਤਮਾ ਕਿ ਵੀ ਇਹ ਇੰਨਾ ਸ਼ਰੂਡ ਬੰਦਾ ਸਿਆਸੀ ਇਹਨੂੰ ਮਹਾਤਮਾ ਕਿਵੇਂ ਕਹਿੰਦੇ ਨੇ ਔਰ ਜ਼ਾਹਰ ਹੈ ਵੀ ਉਹਦਾ ਉਹ ਜਿਹੜਾ ਸਾਰਾ ਅੱਧ ਨੰਗਾ ਜਿਹਾ ਪਹਿਰਾਵਾ ਜਿਹੜਾ ਉਹਨੇ ਲੰਗੋਟੀ ਜਿਹੀ ਬੰਨੀ ਤੇ ਉਹ ਡਰਾਮੇਬਾਜ਼ੀ ਸਾਰੀ ਅੱਜ ਬਹੁਤ ਕੁਛ ਉਹਦੀ ਜ਼ਿੰਦਗੀ ਬਾਰੇ ਸਾਹਮਣੇ ਹੈ ਕਿ ਉਸਦੀ ਓਵਰਆਲ ਜ਼ਿੰਦਗੀ ਦੇ ਵਿੱਚ ਕਿੰਨੀ ਕੁ ਜਿਹੜੀ ਹੈ ਉਹ ਸੰਜਮ ਦੀ ਲਾਈਨ ਸੀ ਮੈਂ ਉਹਨੂੰ ਹੁਣ ਤੁਹਾਡੇ ਪ੍ਰੈਜੈਂਸ 'ਚ ਕਹਿ ਨਹੀਂ ਸਕਦਾ ਪਰ ਜੇ ਇਹੀ ਬੰਦਾ ਇੱਥੇ ਅਮਰੀਕਾ ਔਰ ਇੰਗਲੈਂਡ 'ਚ ਹੁੰਦਾ ਤਾਂ ਹੁਣ ਤੱਕ ਉਹਦੇ 'ਤੇ ਇੱਕ ਪੈਡੋਫਾਈਲ ਹੋਣ ਦਾ ਔਰ ਇੱਕ ਸੈਕਸ ਮੈਨਿਕ ਹੋਣ ਦਾ ਇੱਕ ਸੈਕਸ਼ੂਅਲੀ ਪਰਵਰਟ ਹੋਣ ਦੇ ਕਿੰਨੇ ਕੁ ਮੁਕੱਦਮੇ ਇਹਦੇ 'ਤੇ ਦਾਇਰ ਹੋਏ ਹੁੰਦੇ ਸੋ ਜਿਹਨੂੰ ਬੜਾ ਵੱਡਾ ਜਿਹੜਾ ਆਚਰਣ ਦਾ ਔਰ ਦੂਜੇ ਤੀਜੇ ਦਾ ਇਹਨਾਂ ਨੇ ਭਿਓ ਬਣਾਇਆ ਹੈ ਲੇਕਿਨ ਇਹ ਵੀ ਸਾਡਾ ਅੱਜ ਦਾ ਵਿਸ਼ਾ ਨਹੀਂ ਹੈ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਜਿਹੜਾ ਹਿੰਦੂਤਵਾ ਦਾ ਜਾਂ ਜਿਸ ਨੂੰ ਇਹ ਆਪਣੇ ਆਪ ਨੂੰ ਦੁਨੀਆਂ ਨੂੰ ਜਦੋਂ ਵੇਚਦੇ ਨੇ ਆਪਣੀ ਹਿੰਦੂਤਵਾ ਦੀ ਵਿਚਾਰਧਾਰਾ ਤੇ ਫਿਰ ਇਹ ਤਾਂ ਉਸ ਇੱਕ ਅੱਧਾ ਮੰਤਰ ਘੜਿਆ ਹੁੰਦਾ ਕਿ ਜੀ ਸਾਰਾ ਸੰਸਾਰ ਹੀ ਕੁਟੁੰਬ ਹੈ ਫਿਰ ਮੰਤਰ ਦੂਸਰਾ ਪੜ੍ਹ ਦਿੰਦੇ ਨੇ ਸਰਵੇ ਭਵੰਤੂ ਸੁਖੀਨੈ ਸਰਵੇ ਸੰਤੂ ਨਿਰਾਮਿਆ ਕਿ ਸਾਰੇ ਸੁਖੀ ਵਸਣ ਸਾਰੇ ਅਰੋਗ ਵਸਣ ਫਿਰ ਜੇ ਕੋਈ ਹੋਰ ਕਹੇ ਫਿਰ ਕਹਿੰਦੇ ਜੀ ਸਾਡਾ ਤਾਂ ਦੇਖੋ ਇਨਸਿਗਨੀ ਹੈ ਅਹਿੰਸਾ ਪਰਮੋ ਧਰਮਾ ਕਿ ਸਾਡਾ ਸਭ ਤੋਂ ਵੱਡਾ ਧਰਮ ਹੀ ਅਹਿੰਸਾ ਹੈ ਪਰ ਹਕੀਕਤਨ ਕਿਵੇਂ ਹਿੰਦੂਤਵਾ ਦੀ ਵਿਚਾਰਧਾਰਾ ਦੇ ਵਿੱਚ ਹਿੰਸਾ ਵਾਇਲੈਂਸ ਜਿਹੜੀ ਹੈ ਉਹ ਉਹਦੇ ਵਿੱਚ ਓਤ ਪੋਤ ਹੈ ਉਸਦੇ ਵਿੱਚ ਜਿਵੇਂ ਉਹ ਤਾਨਾ ਪੇਟਾ ਹੁੰਦਾ ਹੈ ਜੁਲਾਹੇ ਦਾ ਇਵੇਂ ਹੈ ਇਹ ਇਸ ਗੱਲ ਤੋਂ ਹੀ ਇਹ ਕਈ ਵਾਰ ਸਿੱਖਾਂ ਨੂੰ ਜਾਂ ਦੂਸਰਿਆਂ ਨੂੰ ਤਾਂ ਹਥਿਆਰ ਰੱਖਣ ਜਾਂ ਹਿੰਸਾ ਜਾਂ ਦੂਜਾ ਕਿਹੜਾ ਇਹਨਾਂ ਦਾ ਈਵਨ ਇਮੈਜਨਰੀ ਦੇਵੀ ਦੇਵਤਾ ਵੀ ਹੈ ਜਿਹਦੇ ਹੱਥ 'ਚ ਹਥਿਆਰ ਨਹੀਂ ਹੈ ਕਿਸੇ ਨੇ ਸੁਦਰਸ਼ਨ ਚੱਕਰ ਚੁੱਕਿਆ ਹੈ ਕਿਸੇ ਨੇ ਗਦਾ ਚੁੱਕੀ ਹੈ ਕਿਸੇ ਨੇ ਤੀਰ ਕਮਾਨ ਚੁੱਕਿਆ ਉਹ ਕਾਲੀ ਮਾਤਾ ਉਹਦੀ ਜੀਭ 'ਚੋਂ ਵੀ ਅੱਗ ਨਿਕਲਦੀ ਹੈ ਉਹਦੇ ਸਿੰਘਾਂ 'ਚੋਂ ਵੀ ਕੁਛ ਹੋਰ ਨਿਕਲਦਾ ਔਰ ਕੋਈ ਇਹਨਾਂ ਦਾ ਕੋਈ ਇਮੈਜਨਰੀ ਜਿਹੜਾ ਉਹ ਇਹਨਾਂ ਦਾ ਜਿਹੜਾ ਗੋਡ ਹੈ ਉਹ ਤੁਹਾਨੂੰ ਬਿਨਾਂ ਹਥਿਆਰਾਂ ਤੋਂ ਸੋ ਜ਼ਾਹਰ ਹੈ ਕਿ ਇਹ ਬੇਸਿਕਲੀ ਜਿਹੜੀ ਹਿੰਸਾ ਹੈ ਵਾਇਲੈਂਸ ਹੈ ਉਹ ਬਿਲਟ ਇਨ ਹੈ ਇਹਨਾਂ ਦੇ ਕਰੈਕਟਰ ਦੇ ਵਿੱਚ ਗਾਂਧੀ ਨੇ ਵੀ ਡਰਾਮਾ ਜ਼ਰੂਰ ਕੀਤਾ ਹਿੰਸਾ ਦਾ ਲੇਕਿਨ ਜੇ ਤੁਸੀਂ ਉਹਦਾ ਸਾਰਾ ਪੀਰੀਅਡ ਦੇਖੋ ਕਿ ਵੀ ਉਸ ਸਾਰੇ ਦੌਰ ਦੇ ਵਿੱਚ ਜਦੋਂ ਕਸ਼ਮੀਰ ਵਾਲਾ ਮੁੱਦਾ ਸਾਹਮਣੇ ਆਉਂਦਾ ਇਮੀਡੀਏਟਲੀ 47 ਤੋਂ ਬਾਅਦ ਉੱਥੇ ਜਿਹੜੀ ਫੌਜ ਗਈ ਗਾਂਧੀ ਦੀ ਪਰਮਿਸ਼ਨ ਦੇ ਨਾਲ ਗਈ ਉੱਥੇ ਕੋਈ ਉਹਨੇ ਚਰਖਿਆਂ ਵਾਲੇ ਡਿਵੀਜ਼ਨ ਨਹੀਂ ਭੇਜ ਦਿੱਤੇ ਵੀ ਜਾ ਕੇ ਚਰਖਾ ਕੱਤੋ ਵੀ ਕਬਾਇਲੀ ਆਏ ਨੇ ਉਹਨਾਂ ਦੇ ਸਾਹਮਣੇ ਤੁਸੀਂ ਬੈਠ ਜਾਓ ਇਸੇ ਤਰ੍ਹਾਂ ਹੋਰ ਤੁਸੀਂ ਉਹਦਾ ਬਹੁਤ ਸਾਰਾ ਜਿਹੜਾ ਬਿਹੇਵੀਅਰ ਹੈ ਉਹਨੂੰ ਲੇਕਿਨ ਉਹਨੂੰ ਪ੍ਰੈਜੈਂਟ ਇਸ ਤਰੀਕੇ ਨਾਲ ਕੀਤਾ ਗਿਆ ਔਰ ਇਹ ਜਿਹੜਾ ਦੂਜਾ ਪੱਖ ਸੀ ਸਾਵਰਕਰ ਜਾਂ ਉਸ ਤੋਂ ਪ੍ਰੇਰਿਤ ਆਰ ਐੱਸ ਐੱਸ ਔਰ ਬਾਅਦ ਦੇ ਵਿੱਚ ਅੱਜ ਫਿਰ ਭਾਰਤੀ ਜਨ ਸੰਘ ਔਰ ਸ਼ਾਮਾ ਪ੍ਰਸ਼ਾਦ ਮੁਖਰਜੀ ਪਹਿਲਾਂ ਪ੍ਰੈਜ਼ੀਡੈਂਟ ਔਰ ਹੁਣ ਇਹਨਾਂ ਦੇ ਕੋਲ ਪੂਰੀ ਪੋਲੀਟੀਕਲ ਪਾਵਰ ਹੈ ਔਰ ਅੱਜ 71 ਸਾਲ ਬਾਅਦ ਬੇਸ਼ੱਕ ਇੱਕ ਪਾਸੇ ਗਾਂਧੀ ਨੂੰ ਜਿਹੜਾ ਉਹ ਫਾਦਰ ਆਫ ਦਾ ਨੇਸ਼ਨ ਰਾਸ਼ਟਰ ਪਿਤਾ ਹਾਲਾਂ ਕਿਸੇ ਨੇ ਜਿਹੜਾ ਇਹਨਾਂ ਦਾ ਉਹ ਰਾਈਟ ਟੂ ਇਨਫੋਰਮੇਸ਼ਨ ਹੁੰਦਾ ਆਰ ਟੀ ਆਈ ਦੇ ਥੱਲੇ ਪੁੱਛਿਆ ਨਾ ਕਿਤੇ ਭਾਰਤੀ ਆਇਨ 'ਚ ਲਿਖਿਆ ਹੋਇਆ ਕਿ ਵੀ ਇਹ ਰਾਸ਼ਟਰ ਪਿਤਾ ਹੈ ਨਾ ਕਿਤੇ ਕੋਈ ਕੰਸਟੀਟਿਊਸ਼ਨਲ ਅਮੈਂਡਮੈਂਟ ਹੈ ਕਹੀ ਜਾਂਦੇ ਨੇ ਹੋ ਗਿਆ ਬਣਾ ਦਿੱਤਾ ਉਹਨੂੰ ਵੀ ਇਹ ਰਾਸ਼ਟਰ ਪਿਤਾ ਹੈ ਲੇਕਿਨ ਅੱਜ ਇਹਦੇ ਬਾਵਜੂਦ ਕਿ ਇੱਕ ਪਾਸੇ ਤਾਂ ਬੇਗੁਨਾਹ ਮੁਸਲਮਾਨ ਈਸਾਈ ਦਲਿਤ ਮਾਰੇ ਜਾਂਦੇ ਨੇ ਕਿ ਜੀ ਇਹ ਹਿੰਸਕ ਗਾਂ ਅਤੇ ਦੂਜੇ ਦੇ ਨਾਲ ਜੋੜ ਕੇ ਪਰ ਇੱਕ ਖਬਰ ਔਰ ਇਹ ਦੋਨੋਂ ਮੈਂ ਇਸ ਲਈ ਇਹਨਾਂ ਨੂੰ ਟੁਗੈਦਰ ਡਿਸਕਸ ਕਰ ਰਿਹਾ ਕਿ ਇਹ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਦੇ ਵਿੱਚ ਇਨਹੈਰੈਂਟ ਹਿੰਸਾ ਹੈ ਤਸ਼ੱਦਦ ਹੈ ਵਾਇਲੈਂਸ ਹੈ ਉਹ ਕਿਵੇਂ ਆਉਣ ਵਾਲੀਆਂ 2019 ਦੀਆਂ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਜਿਹੜੀ ਹੈ ਉਹ ਉਸ ਦੇ ਵਿੱਚ ਤੇਜ਼ੀ ਆ ਸਕਦੀ ਹੈ ਇਹ ਗੱਲ ਮੈਂ ਨਹੀਂ ਕਹਿੰਦਾ ਅੱਜ ਹੀ ਦੋ ਦਿਨ ਪਹਿਲਾਂ ਅਮਰੀਕਾ ਦੀ ਸੈਨੇਟ ਦੇ ਵਿੱਚ ਯੂ ਐੱਸ ਇੰਟੈਲੀਜੈਂਸ ਦੇ ਡਾਇਰੈਕਟਰ ਨੇ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਡੈਨੀਅਲ ਆਰ ਕੋਟਸ ਉਹਨਾਂ ਨੇ 42 ਸਫ਼ੇ ਦੀ ਰਿਪੋਰਟ ਜਿਹੜੀ ਹੈ ਉਹ ਸੈਨੇਟ ਦੇ ਸਾਹਮਣੇ ਖੁਦ ਪੇਸ਼ ਹੁੰਦੇ ਨੇ ਉਸ ਦੇ ਉੱਤੇ ਸਵਾਲ ਪੁੱਛੇ ਜਾਂਦੇ ਨੇ ਔਰ ਉਸ ਰਿਪੋਰਟ ਦਾ ਨਾਂ ਹੈ ਵਰਲਡ ਵਾਈਡ ਟੈਰਰ ਅਸੈਸਮੈਂਟ ਰਿਪੋਰਟ
ਇਹ ਹਰ ਸਾਲ ਅਮਰੀਕਾ ਦੀ ਟੌਪ ਇੰਟੈਲੀਜੈਂਸ ਏਜੰਸੀ ਜਿਹੜੀ ਹੈ ਉਹਨੂੰ ਸੈਨੇਟ ਦੇ ਸਾਹਮਣੇ ਡਿਸਕਸ ਕਰਦੀ ਹੈ। ਔਰ ਅੱਜ ਜਦੋਂ ਮਿਸਟਰ ਡੌਨ ਨੋਟਸ ਨੇ ਜਿਹੜੇ ਚੀਫ ਨੇ ਇਹ ਉਹਨੂੰ ਡਿਸਕਸ ਕੀਤਾ ਅਤੇ ਉਹਦੇ 'ਚ ਮੈਂ ਇਹਨੂੰ ਬਾਅਦ 'ਚ ਵੇਰ ਵਿੱਚ ਡਿਸਕਸ ਕਰਾਂਗਾ ਕਿ ਕਿਵੇਂ ਇੰਡੀਆ ਬਾਰੇ ਉਹਨਾਂ ਨੇ ਕਿਹਾ ਕਿ ਵੀ 2019 ਦੀਆਂ ਚੋਣਾਂ ਤੋਂ ਪਹਿਲਾਂ ਉੱਥੇ ਜਿਹੜੀ ਕਮਿਊਨਲ ਵਾਇਲੈਂਸ ਹੈ, ਫਿਰਕੂ ਫਸਾਦ ਨੇ, ਫਿਰਕਾ ਦਰਾਨਾ ਹਿੰਸਾ, ਉਹ ਉਹਦੇ ਵਿੱਚ ਤੇਜ਼ੀ ਆ ਸਕਦੀ ਹੈ। ਲੇਕਿਨ ਇਹਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਉਸ ਰਿਪੋਰਟ ਦੇ ਵਿੱਚ ਫਿਰ ਭਾਰਤ ਔਰ ਪਾਕਿਸਤਾਨ ਸੰਬੰਧਾਂ ਦਾ ਜ਼ਿਕਰ ਵੀ ਹੈ ਕਿ ਭਾਈ ਉੱਥੇ ਮਈ ਚੋਣਾਂ ਤੱਕ ਕੋਈ ਜਿਹੜੀ ਆ ਗੱਲਬਾਤ ਜਾਂ ਸ਼ਾਂਤੀ ਦੀ ਉਮੀਦ ਨਹੀਂ। ਔਰ ਇਸੇ ਤਰ੍ਹਾਂ ਈਰਾਨ ਨਾਲ ਸੰਬੰਧਿਤ ਵੀ ਦਿਲਚਸਪ ਜਿਹੜਾ ਹੈ ਉਹ ਇਨਕਸ਼ਾਫ ਹੈ, ਜਿਹਨੂੰ ਨਾਲ ਦੀ ਨਾਲ ਹੀ ਟਰੰਪ ਨੇ ਟਵੀਟ ਕਰਕੇ ਰਿਡੀਕਿਊਲ ਕਰ ਦਿੱਤੇ। ਪਰ ਇਸ ਤੋਂ ਪਹਿਲਾਂ ਮੈਂ ਸਮਝਦਾ ਵੀ ਇਹ ਜਿਹੜਾ ਹਿੰਦੂ ਮਹਾਂਸਭਾ ਜਿਹਦਾ ਸਾਵਰਕਰ ਪ੍ਰੈਜ਼ੀਡੈਂਟ ਰਿਹਾ, ਜਿਹਦਾ ਚੇਲਾ ਗੋਡਸੇ, ਜਿਹਨੂੰ ਹਿੰਦੂ ਤੋਂ ਵੀ ਅੱਜ ਵੀ ਜਿਹੜਾ ਨੇ ਉਹ ਆਈਕੋਨ ਮੰਨਦੇ ਨੇ, ਆਈਕੋਨਿਕ ਫਿਗਰ, ਉਸ ਦੇ ਉੱਤੇ ਫਿਲਮ ਵੀ, ਡਰਾਮਾ ਵੀ, ਔਰ ਹਰ ਸਾਲ ਲਖਨਊ ਦੇ ਵਿੱਚ ਇਹ ਖਾਸ ਤੌਰ 'ਤੇ ਜਿਹੜਾ ਨੱਥੂ ਰਾਮ ਗੋਡਸੇ ਦਾ ਬੁੱਤ, ਉਸ ਦੇ ਉੱਤੇ ਉਹਦੇ ਗਲ 'ਚ ਹਾਰ ਪਾਉਂਦੇ ਨੇ, ਉਹਨੂੰ ਦਿਨ ਨੂੰ ਮਨਾਉਂਦੇ ਨੇ, ਔਰ ਉਹਨੂੰ ਉਹਦੀਆਂ ਅਜੇ ਵੀ ਉਹਨਾਂ ਨੇ ਗੋਡਸੇ ਦੀਆਂ ਅਸਥੀਆਂ ਦਾ ਕਲਸ ਰੱਖਿਆ ਹੋਇਆ, ਕਿਉਂਕਿ ਉਹਨੇ ਇਹ ਮਰਨ ਤੋਂ ਪਹਿਲਾਂ ਜਦੋਂ ਉਹਨੂੰ ਫਾਂਸੀ ਦਿੱਤੀ ਗਈ ਉਹਨੇ ਇਹ ਵਿਸ਼ ਦਾਇਰ ਕੀਤੀ ਸੀ ਕਿ ਜਦੋਂ ਭਾਰਤ ਅਖੰਡ ਬਣ ਜਾਏ, ਮਤਲਬ ਇਹ ਹੈ ਕਿ ਪਾਕਿਸਤਾਨ, ਅਫਗਾਨਿਸਤਾਨ, ਸ਼੍ਰੀਲੰਕਾ, ਨੇਪਾਲ, ਇੰਡੋ ਚਾਈਨਾ, ਇੰਡੋਨੇਸ਼ੀਆ, ਥਾਈਲੈਂਡ ਵੀ ਸ਼ਾਇਦ ਉਹਦਾ ਹਿੱਸਾ ਹੀ ਹੈ, ਇਹ ਸਾਰੇ ਜਦੋਂ ਇਕੱਠੇ ਹੋ ਜਾਣਗੇ ਅਖੰਡ ਭਾਰਤ ਬਣੇਗਾ, ਉਦੋਂ ਹੀ ਮੇਰੀਆਂ ਇਹ ਜਿਹੜੀਆਂ ਨੇ ਸਵਾਹ ਮੇਰੀ ਇਹ ਗੰਗਾ ਦੇ ਵਿੱਚ ਸੁੱਟੀ ਜਾਏ। ਸੋ ਜ਼ਾਹਰ ਹੈ ਵੀ ਇਹ ਰਿਚੁਅਲ ਤਾਂ ਉਹ ਜਦੋਂ ਪਾਵਰ 'ਚ ਨਹੀਂ ਵੀ ਸੀ ਕਰਦੇ ਰਹੇ, ਲੇਕਿਨ ਹੁਣ ਕਿਸ ਹੱਦ ਤੱਕ ਇਹਨਾਂ ਦੇ ਹੌਂਸਲੇ ਵਧੇ ਹੋਏ ਨੇ। ਹੁਣ ਉਹ ਯੂਪੀ ਹੈ ਜਿੱਥੇ ਰਾਜ ਹੀ ਯੋਗੀ ਦਾ, ਗੁੰਡਾ ਯੋਗੀ, ਆਦਿੱਤਿਆਨਾਥ ਯੋਗੀ, ਕੰਨਪਾਟੇ ਯੋਗੀ ਪਹਿਲਾਂ ਵੀ ਜਾਣੇ ਜਾਂਦੇ ਰਹੇ ਨੇ ਇਸ ਕਿਸਮ ਦੇ ਹਿੰਸਕ ਕੰਮਾਂ ਲਈ, ਕੁੰਭ ਦੇ ਮੇਲੇ ਦੇ ਉੱਤੇ ਔਰ ਦੂਸਰੇ ਅਕਸਰ ਫਸਾਦ ਹੁੰਦੇ ਸੀ ਇਹ ਸਾਰੇ। ਕੋਈ ਯੋਗੀ ਦਾ ਮਤਲਬ ਕੋਈ ਪੀਸ ਨਹੀਂ ਹੈ, ਉਹ ਸਾਰੇ ਜਿਹੜੇ ਨੇ ਵਾਇਲੈਂਟ ਲੋਕ ਨੇ। ਹੁਣ ਹੀ ਅਜੇ ਦੋ ਦਿਨ ਪਹਿਲਾਂ ਆਦਿੱਤਿਆਨਾਥ ਯੋਗੀ ਨੇ ਕਿਹਾ ਕਿ ਜੀ ਸੁਪਰੀਮ ਕੋਰਟ ਪਾਸੇ ਹਟ ਜਾਏ ਰਾਮ ਮੰਦਰ ਦੇ ਮਾਮਲੇ 'ਚ, ਅਯੁੱਧਿਆ 'ਚ, ਅਸੀਂ 24 ਘੰਟੇ ਦੇ ਵਿੱਚ ਫੈਸਲਾ ਕਰ ਦਿਆਂਗੇ। ਸੋ ਜ਼ਾਹਰ ਹੈ ਵੀ ਆਲਰੇਡੀ ਉਹਦੀ ਕਮਾਂਡ ਦੇ ਥੱਲੇ ਇਹਨਾਂ ਦੀ ਅਖੌਤੀ ਧਰਮ ਸੰਸਦ ਜਿਹਨੂੰ ਕਹਿੰਦੇ ਨੇ, ਕੁੰਭ ਦਾ ਮੇਲਾ ਮੁੱਕਿਆ ਅਤੇ ਉੱਥੇ ਜਿਹੜੀ ਉਹਨਾਂ ਦੀ ਰਿਲੀਜੀਅਸ ਪਾਰਲੀਮੈਂਟ ਕੀਤੀ ਉਹਦੇ 'ਚ ਇੱਕ ਸ਼ੰਕਰਾ ਨੇ ਕਿਹਾ ਕਿ ਜੀ ਅਸੀਂ 21 ਫਰਵਰੀ ਤੱਕ ਅਸੀਂ ਜਿਹੜਾ ਉਹ ਸ਼ੁਰੂ ਕਰ ਦਿਆਂਗੇ ਮੰਦਰ। ਔਰ ਆਲਰੇਡੀ ਸੈਂਟਰ ਗੌਰਮੈਂਟ ਨੇ ਸੁਪਰੀਮ ਕੋਰਟ ਨੂੰ ਕਿਹਾ ਜੀ ਜਿਹੜੀ 2.5-3 ਏਕੜ ਜ਼ਮੀਨ ਹੈ ਜਿਹੜੇ 'ਚ ਵਿਵਾਦਤ ਹੈ ਉਹਨੂੰ ਛੱਡ ਕੇ ਬਾਕੀ ਜਿਹੜੇ ਨੇ 100 ਏਕੜ ਦੇ ਦਿਓ। ਮਤਲਬ ਇਹ ਹੈ ਕਿ ਉਹ ਵਿਸ਼ਵ ਹਿੰਦੂ ਪਰਿਸ਼ਦ ਦੇ ਲਈ ਹੀ ਐਕਵਾਇਰ ਕੀਤੀ ਸੀ ਇੰਦਰਾ ਗਾਂਧੀ ਦੇ ਜ਼ਮਾਨੇ 'ਚ, ਕਿ ਵੀ ਇਹਨੂੰ ਜਿਹੜਾ ਉਹ ਉਸ 'ਚ ਤੰਗ ਮੰਦਰ ਬਣਾਇਆ। ਸੋ ਇੱਕ ਪਾਸੇ ਦਾ ਇਹ ਡਰਟੀ ਪੋਲੀਟਿਕਸ ਚੱਲ ਹੀ ਰਹੀ ਹੈ, ਪਰ ਕਿਸ ਹੱਦ ਤੱਕ ਇਹਨਾਂ ਦੇ ਹੌਂਸਲੇ ਵਧੇ ਹੋਏ ਨੇ ਅੱਜ ਲਖਨਊ ਦੇ ਵਿੱਚ ਪੂਰੇ ਮੀਡੀਆ ਦੀਆਂ ਬੈਟਰੀਜ਼ ਸੱਦ ਕੇ ਉਹਨਾਂ ਨੇ ਜਿਹੜੀ ਉਹਨਾਂ ਦੀ ਜਨਰਲ ਸੈਕਟਰੀ ਹੈ ਕੋਈ ਯੋਗਣ ਬਣੀ ਹੋਈ, ਉਹਨੇ ਕਿਵੇਂ ਉਹ ਇੱਕ ਪੂਰਾ ਗਾਂਧੀ ਦਾ ਸਟੈਚੂ ਬਣਾ ਕੇ ਔਰ ਉਸ ਦੇ ਉੱਤੇ ਫਾਇਰਿੰਗ ਕੀਤੀ ਔਰ ਉਸ 'ਚੋਂ ਬਲੱਡ ਵੀ ਨਿਕਲਦਾ ਦਿਖਾਇਆ, ਦਰਸ਼ਕ ਸਕਰੀਨ 'ਤੇ ਦੇਖ ਸਕਦੇ ਨੇ ਅਸੀਂ, ਕਿਉਂਕਿ ਉਹਦੇ 'ਚ ਵਾਇਲੈਂਟ ਕੰਟੈਂਟ ਹੈ ਉਹਦੀ ਆਵਾਜ਼, ਔਰ ਦੂਜੀ ਅਸੀਂ ਨਹੀਂ ਦਿਖਾਉਣਾ ਚਾਹੁੰਦੇ ਤਾਂ ਕਿ ਕੋਈ ਇਤਰਾਜ਼ ਨਾ ਹੋਏ। ਲੇਕਿਨ ਇਹ ਲਖਨਊ ਦੇ ਵਿੱਚ ਕੈਮਰਿਆਂ ਦੇ ਸਾਹਮਣੇ ਹੁੰਦਾ, ਔਰ ਉਹ ਮੁਲਕ ਜਿੱਥੇ ਕੋਈ ਵਿਦਨ ਜਿਹੜਾ ਆਇਨ ਵੀ ਤੁਹਾਡਾ ਹੱਕ ਹੈ ਆਪਣੀ ਗੱਲ ਕਹਿਣ ਦਾ, ਫਰੀਡਮ ਆਫ ਐਕਸਪ੍ਰੈਸ਼ਨ ਹੈ, ਕੋਈ ਨਸੀਰੁਦੀਨ ਸ਼ਾਹ ਕਹਿ, ਕੋਈ ਸ਼ਾਹਰੁਖ ਖਾਨ ਕਹਿ, ਕੋਈ ਹੋਰ ਕਹਿ, ਕੋਈ ਸਿੰਘ ਕਹਿ, ਕੋਈ ਸਰਬੱਤ ਖਾਲਸਾ ਹੋਏ, ਉਹ ਸਾਰੇ ਦੇਸ਼ ਵਿਰੋਧੀ ਨੇ, ਸੈਡੀਸ਼ਨ ਨੇ, ਟਰੋਲਿੰਗ ਹੈ। ਪਰ ਜਿਹਨੂੰ ਇਹਨਾਂ ਨੇ ਰਾਸ਼ਟਰਪਿਤਾ ਐਲਾਨਿਆ ਹੋਇਆ, ਜਿਹਦੇ ਨਾਲ ਸਮਾਧੀ ਦੇ ਉੱਤੇ ਜਾ ਕੇ ਹਰ ਸਾਲ ਪ੍ਰਾਈਮ ਮਿਨਿਸਟਰ ਔਰ ਜਿਹੜੇ ਬਾਹਰਲੇ ਜਾਂਦੇ ਨੇ ਉੱਥੇ ਜਾ ਕੇ ਪਹਿਲਾਂ ਆਪਣੇ ਗੋਡੇ ਟੇਕਦੇ ਨੇ, ਅੱਜ ਵੀ ਉਸ ਦਾ ਮਰਡਰ ਜਿਹੜਾ ਉਹ ਪੂਰਾ ਉਸਨੂੰ ਇਨੈਕਟ ਕੀਤਾ ਜਾ ਸਕਦਾ, ਔਰ ਇਹ ਭਾਰਤ ਦੇ ਵਿੱਚ ਹੀ ਹੋ ਸਕਦਾ। ਔਰ ਸਾਰੇ TV ਚੈਨਲ ਨੇ ਉਦੋਂ ਰੌਲਾ ਪਾਇਆ ਕਿ ਜੀ ਕੋਈ ਕੇਸ ਨਹੀਂ, ਉਹਨੇ ਕਿਹਾ ਜੀ ਹਾਂ ਫਲਾਣਾ ਸੈਕਸ਼ਨ, ਫਲਾਣਾ ਢਿਮਕਾ ਸੈਕਸ਼ਨ ਅਸੀਂ ਜਿਹੜਾ ਉਹਨੂੰ ਕਰ ਲਿਆ ਔਰ ਅਜੇ ਗ੍ਰਿਫਤਾਰੀਆਂ ਨਹੀਂ ਹੋਈਆਂ। ਸੋ ਉਹਨਾਂ ਦੇ ਉਹ ਮੀਡੀਆ ਕੋਰਸਪੋਂਡੈਂਟ ਉੱਥੇ ਕਹਿ ਰਿਹਾ ਸੀ ਕਿ ਜੀ ਇਹ ਵੀ ਕੈਮਰਿਆਂ ਦੀ ਖਾਤਰ ਹੀ ਉਹਨਾਂ ਨੇ ਕਿਹਾ ਜੀ ਅਸੀਂ ਕਰ ਲਿਆ, ਕਿਸੇ ਨੇ ਕੁਛ ਨਹੀਂ ਹੋਣਾ, ਕਿਉਂਕਿ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ।
ਸੋ ਜ਼ਾਹਰ ਹੈ ਵੀ ਇਹ ਉਹਨਾਂ ਲੋਕਾਂ ਦੇ ਲਈ ਜਿਹੜੇ 47 ਦੇ ਵਿੱਚ ਔਰ ਖਾਸ ਤੌਰ 'ਤੇ ਸਾਡੇ ਆਪਣੇ ਬਰਾਦਰੀ ਦੇ ਲੋਕ ਸਿੱਖ ਭਾਈਚਾਰੇ ਦੇ ਸਿੱਖ ਕੌਮ ਦੇ ਉਹਨਾਂ ਦੇ ਲਈ ਇਹ ਜ਼ਰੂਰੀ ਹੈ ਸਮਝਣਾ ਕਿ ਜਿਸ 47 ਦੇ ਦੌਰ 'ਚ ਉਹਨਾਂ ਦੀ ਲੀਡਰਸ਼ਿਪ ਨੇ ਅਹਿਮਕਾਨਾ ਫੈਸਲਾ ਲੈ ਕੇ ਜਿਨ੍ਹਾਂ ਦੇ ਨਾਲ ਕਿਸਮਤ ਜੋੜੀ ਸੀ ਅੱਜ ਇਹਨਾਂ ਸਾਰੇ ਵਰਿਆਂ 'ਚ ਗੱਲ ਕਿੱਥੋਂ ਕਿੱਥੇ ਜਾ ਚੁੱਕੀ ਔਰ ਕਿਸ ਹੱਦ ਤੱਕ ਵਾਇਲੈਂਸ ਔਰ ਮੈਂ ਹੁਣ ਇਸ ਤੋਂ ਬਹੁਤਾ ਅੱਗੇ ਨਾ ਜਾਂਦਾ ਹੋਇਆ ਇਹ ਜਿਹੜੀ ਰਿਪੋਰਟ ਹੈ 42 ਪੇਜ ਦੀ ਵਰਲਡ ਵਾਈਡ ਟੈਰਰ ਅਸੈਸਮੈਂਟ ਰਿਪੋਰਟ ਉਹਦੇ 'ਚ ਜਿਹੜੀ ਉਹਨਾਂ ਨੇ ਖਾਸ ਗੱਲ ਇਹ ਕਹੀ ਹੈ ਕਿ ਵੀ ਕਮਿਊਨਲ ਡਿਵੀਜ਼ਨਸ ਹੈਵ ਡੀਪਨਡ ਇਨ ਸਮ ਬੀਜੇਪੀ ਰੂਲਡ ਸਟੇਟਸ ਸਿੰਸ ਦਾ ਮੋਦੀ ਗਵਰਨਮੈਂਟ ਕੇਮ ਟੂ ਪਾਵਰ ਐਂਡ ਕਮਿਊਨਲ ਟੈਨਸ਼ਨਸ ਆਰ ਲਾਈਕਲੀ ਟੂ ਫਲੇਅਰ ਅਪ ਐਸ ਇੰਡੀਆ ਗੇਅਰਸ ਅਪ ਫੋਰ ਦਾ ਜਨਰਲ ਇਲੈਕਸ਼ਨ ਅਕੋਰਡਿੰਗ ਟੂ ਯੂ ਐਸ ਇੰਟੈਲੀਜੈਂਸ ਰਿਪੋਰਟ ਇਹ ਮੈਂ ਆਲਰੇਡੀ ਪ੍ਰੈਜੈਂਟ ਕੀਤਾ ਹੀ ਹੈ ਔਰ ਇਹ ਉਹਨਾਂ ਨੇ ਕਿਹਾ ਵੀ ਉਹ ਸੈਨੇਟ ਦੇ ਸਾਹਮਣੇ ਆਪਣਾ ਦੇ ਰਹੇ ਸੀ ਉਹਦੇ 'ਚ ਐਗਜੈਕਟ ਹੈ ਪਾਰਲੀਮੈਂਟਰੀ ਇਲੈਕਸ਼ਨਸ ਇਨ ਇੰਡੀਆ ਇਨਕਰੀਜ਼ ਦਾ ਪੋਸੀਬਿਲਿਟੀ ਆਫ ਕਮਿਊਨਲ ਵਾਇਲੈਂਸ ਇਫ ਪ੍ਰਾਈਮ ਮਿਨਿਸਟਰ ਮੋਦੀ ਭਾਰਤੀ ਜਨਤਾ ਪਾਰਟੀ ਸਟ੍ਰੈਸਿਸ ਹਿੰਦੂ ਨੈਸ਼ਨਲਿਸਟ ਥੀਮਸ ਕਿ ਜੇ ਉਹ ਹਿੰਦੂ ਰਾਸ਼ਟਰਵਾਦ ਦੇ ਵਿਚਾਰਾਂ ਦੇ ਉੱਤੇ ਜ਼ੋਰ ਦਿੰਦੇ ਨੇ ਤੇ ਫਿਰ ਫਿਰਕੂ ਵਾਇਲੈਂਸ ਕਾਫੀ ਵੱਧ ਸਕਦੀ ਹੈ ਔਰ ਜ਼ਾਹਰ ਹੈ ਵੀ ਉਹਨਾਂ ਦਾ ਤਾਂ ਸਾਰਾ ਪ੍ਰੋਪੇਗੈਂਡਾ ਹੀ ਇਸ 'ਤੇ ਬੇਸਡ ਹੋਣਾ ਦਾ ਬੀਜੇਪੀ ਪੋਲਿਸੀਜ ਡਿਊਰਿੰਗ ਮੋਦੀਜ਼ ਫਸਟ ਟਰਮ ਹੈਵ ਡੀਪਨਡ ਕਮਿਊਨਲ ਟੈਨਸ਼ਨ ਇਨ ਸਮ ਬੀਜੇਪੀ ਗਵਰਨਡ ਸਟੇਟਸ ਐਂਡ ਹਿੰਦੂ ਨੈਸ਼ਨਲ ਸਟੇਟ ਲੀਡਰਸ ਮਾਈਟ ਵਿਊ ਇਹ ਹਿੰਦੂ ਨੈਸ਼ਨਲਿਸਟ ਕੈਂਪੇਨ ਐਜ਼ ਏ ਸਿਗਨਲ ਟੂ ਇਨਸਾਈਟ ਲੋ ਲੈਵਲ ਵਾਇਲੈਂਸ ਟੂ ਐਨੀਮੇਟ ਦੇ ਸਪੋਰਟਰਸ ਹੁਣ ਜ਼ਾਹਰ ਹੈ ਉਹਨਾਂ ਨੇ ਕਿਹਾ ਜੀ ਉੱਤੋਂ ਦੇਖਣਗੇ ਜੇ ਮੋਦੀ ਨੇ ਇਹ ਲਾਈਨ ਲਈ ਤੇ ਜਿਹੜਾ ਉਹ ਬਿਲਕੁਲ ਲੋ ਲੈਵਲ 'ਤੇ ਹੁਣ ਵੀ ਹੋ ਰਹੀ ਹੈ ਵਾਇਲੈਂਸ ਯੂਪੀ ਦੇ ਵਿੱਚ ਵੀ ਹੋਈ ਹੈ ਮੱਧ ਪ੍ਰਦੇਸ਼ ਦੇ ਪਿੰਡਾਂ 'ਚ ਉਹਨਾਂ ਨੇ ਐਲਾਨ ਕੀਤਾ ਵੀ ਇੱਥੇ ਕੋਈ ਮੁਸਲਮਾਨ ਫੇਰੀ ਵਾਲਾ ਜਾਂ ਸੌਦਾ ਵੇਚਣ ਵਾਲਾ ਨਹੀਂ ਵੜ ਸਕਦਾ ਸੋ ਆਲਰੇਡੀ ਲੋ ਲੈਵਲ ਚੱਲ ਰਿਹਾ ਫਿਰ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਇਹ ਵਾਇਲੈਂਸ ਦੇਣ ਤੋਂ ਬਾਅਦ ਪਾਕਿਸਤਾਨ ਬਾਰੇ ਵੀ ਉਹਨਾਂ ਨੇ ਕਿਹਾ ਕਿ ਵੀ ਇਟ ਆਲਸੋ ਅੰਡਰਲਾਈਨ ਦੈਟ ਇੰਡੋ ਪਾਕਿਸਤਾਨ ਟੈਨਸ਼ਨਸ ਵਿਲ ਸਾਵਰ ਐਂਡ ਰਿਮੇਨ ਵੋਲੇਟਾਈਲ ਐਡਿੰਗ ਟੂ ਰੀਜਨਲ ਇਨਸਟੇਬਿਲਿਟੀ ਟਿਲ ਇਲੈਕਸ਼ਨਸ ਕਿ ਉਹ ਆਪਸ ਦੇ ਵਿੱਚ ਜਿਹੜਾ ਅਸਥਿਰ ਰਹਿਣਗੇ ਚੋਣਾਂ ਤੱਕ ਦਾ ਕ੍ਰੋਸ ਬਾਰਡਰ ਫਾਇਰਿੰਗ ਕਸ਼ਮੀਰ ਐਂਡ ਇੰਡੀਅਨ ਗਵਰਨਮੈਂਟਸ ਪੋਲੀਟੀਕਲ ਮੈਨਿਊਵਰਿੰਗ ਵਿਦ ਇਲੈਕਸ਼ਨਸ ਇਨ ਮਾਈਂਡ ਵਿਲ ਕੀਪ ਐਨੀ ਇੰਪਰੂਵਮੈਂਟ ਇਨ ਬਾਇਲੇਟਰਲ ਟਾਈਜ਼ ਐਟ ਬੇ ਕਿਉਂਕਿ ਬੀਜੇਪੀ ਨੂੰ ਇਹ ਸੂਟ ਕਰਦਾ ਕਿ ਪਾਕਿਸਤਾਨ ਦੇ ਨਾਲ ਜਿਹੜੀ ਕੁੜਿੱਤਣ ਹੈ ਉਹਨੂੰ ਕਾਇਮ ਰੱਖਿਆ ਜਾਏ ਉਸੇ ਨਫ਼ਰਤ 'ਤੇ ਆਧਾਰਿਤ ਉਹਨਾਂ ਨੇ ਹਿੰਦੂ ਵੋਟਸ ਲੈਣੇ ਨੇ ਫਿਰ ਉਹਨਾਂ ਨੇ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਦਿਲਚਸਪ ਪਾਰਟ ਸੀ ਕਿ ਵੀ ਉਹਨਾਂ ਇਸ ਰਿਪੋਰਟ 'ਚ ਉਹਨਾਂ ਨੇ ਕਿਹਾ ਵੀ ਈਰਾਨ ਆਪਣੇ ਪ੍ਰੋਗਰਾਮ ਜਿਹੜਾ ਜਿਹਦੇ ਕਰਕੇ ਇਹ ਸਾਰੀ ਟ੍ਰੀਟੀ ਕੈਂਸਲ ਕੀਤੀ ਹੈ ਟਰੰਪ ਨੇ ਉਹਨਾਂ ਨੇ ਕਿਹਾ ਜੀ ਉਹਦਾ ਕੋਈ ਨਿਊਕਲੀਅਰ ਏਜੰਡਾ ਨਹੀਂ ਹੈ ਇਹਦੇ ਉਲਟ ਨੌਰਥ ਕੋਰੀਆ ਜਿਹਦੇ ਬਾਰੇ ਟਰੰਪ ਨੇ ਕਿਹਾ ਜੀ ਛੱਡ ਤਾਂ ਉਹਨਾਂ ਨੇ ਕਿਹਾ ਜੀ ਉਹ ਕੰਟੀਨਿਊ ਕਰ ਰਿਹਾ ਔਰ ਇਸ ਸਾਰੇ ਦੇ ਉੱਤੇ ਹੀ ਟਰੰਪ ਨੇ ਜਿਹੜਾ ਹੈ ਉਹ ਰਿਡੀਕਿਊਲ ਕੀਤਾ ਉਹਨਾਂ ਨੇ ਕਿਹਾ ਜੀ ਕੁਝ ਨਹੀਂ ਆਉਂਦਾ ਇਹਨਾਂ ਨੂੰ ਇੰਟੈਲੀਜੈਂਸ ਏਜੰਸੀ ਉਹਨਾਂ ਨੇ ਕਿਹਾ ਵਾਪਸ ਜਾਓ ਸਕੂਲ ਈਰਾਨ ਬਹੁਤ ਖਤਰਨਾਕ ਹੈ ਔਰ ਇਹ ਵੋ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਘੱਟੋ ਘੱਟ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਵੀ ਇਸ ਗੱਲ ਨੂੰ ਸਮਝਦੀਆਂ ਨੇ ਕਿ ਆਉਣ ਵਾਲੀਆਂ ਚੋਣਾਂ ਜਿਹੜੀਆਂ ਨੇ ਉੱਥੇ ਕਿਸ ਮੁੱਦੇ 'ਤੇ ਉਹਨਾਂ ਨੇ ਲੜਨੀ ਹੈ ਔਰ ਘੱਟ ਗਿਣਤੀਆਂ ਖਾਸ ਤੌਰ 'ਤੇ ਮੁਸਲਮਾਨ ਈਸਾਈ ਔਰ ਦਲਿਤ ਔਰ ਸਿੱਖ ਵੀ ਔਰ ਦੂਸਰੇ ਸੈਗਮੈਂਟ 'ਚ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਬੀਜੇਪੀ ਹੁਣ ਸਿੱਧੇ ਤੌਰ 'ਤੇ ਗੁਰਦੁਆਰਿਆਂ ਦੇ ਉੱਤੇ ਕੰਟਰੋਲ ਕਰ ਰਹੀ ਹੈ ਔਰ ਇਹ ਜਿਹੜੀਆਂ ਨੇ ਹਿੰਸਕ ਚੋਣਾਂ ਹੋਣਗੀਆਂ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਲੈਂਦੇ ਹਾਂ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਾਂ ਨੂੰ ਅਪੀਲ ਅਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ TV84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-01 37th ਐਵਨਿਊ ਲੌਂਗ ਆਇਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ
ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮੱਚ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।